ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਆ ਚੁੱਕੀ ਹੈ ਜੀ CBSE ਸਕੂਲਾਂ ਦੇ ਵਿਦਿਆਰਥੀਆਂ ਲਈ ਹੋ ਗਿਆ ਹੈ ਇਹ ਵੱਡਾ ਐਲਾਨ ਬੱਚਿਆਂ ਵਿੱਚ ਸ਼ਾਈ ਖੁਸ਼ੀ ਦੀ ਲਹਿਰ ਤਾਂ ਦੋਸਤੋ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਵੱਡੀ ਖਬਰ ਦੀ ਜਾਣਕਾਰੀ ਤੁਹਾਨੂੰ ਮਿਲ ਸਕੇ ਤੇ ਨਾਲ ਹੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਜੀ ਹਾਂ ਦੋਸਤੋ CBSE ਸਕੂਲਾਂ ਦੇ ਵਿਦਿਆਰਥੀਆਂ ਲਈ ਇੱਕ ਵੱਡਾ ਐਲਾਨ ਹੋ ਗਿਆ ਹੈ ਜਿਸ ਦੇ ਨਾਲ ਬੱਚਿਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ CBSE ਬੋਰਡ ਦੇ ਵੱਲੋਂ ਉਹਨਾਂ ਬੱਚਿਆਂ ਨੂੰ ਇੱਕ ਸੁਨਹਿਰੀ ਮੌਕਾ ਦਿੱਤਾ ਜਾ ਰਿਹਾ ਜਿੱਥੇ ਬੱਚਿਆਂ ਦੇ ਨਤੀਜੇ ਇੰਟਰਨਲ ਅਸੈਸਮੈਂਟ ਦੇ ਆਧਾਰ ਤੇ ਤਿਆਰ ਕੀਤੇ ਜਾ ਰਹੇ ਹਨ ਤੇ ਅਗਰ ਬੱਚੇ ਇਨ੍ਹਾਂ ਅੰਕਾਂ ਤੋਂ ਸੰਤੁਸ਼ਟ ਨਹੀਂ ਹੋਣਗੇ ਤਾਂ ਉਹ ਵਧੇਰੇ ਅੰਕ ਹਾਸਲ ਕਰਨ ਲਈ ਵੀ ਪ੍ਰੀਖਿਆ માં ਦੇ ਸਕਣਗੇ ਤੇ ਇਸ ਦੌਰਾਨ ਅਗਰ ਇੱਕ ਵਾਰ ਵਿਦਿਆਰਥੀ ਸਫਲ ਹੋ ਜਾਣਗੇ ਤਾਂ ਦੁਬਾਰਾ ਕਪਾਰਟਮੈਂਟ ਪ੍ਰੀਖਿਆ ਦੇ ਕੇ ਅੰਕਾਂ ਨੂੰ ਵਧਾ ਸਕਦੇ ਹਨ ਤੇ CBSE ਸਕੂਲਾਂ ਦੇ ਵੱਲੋਂ ਖੁਦ ਮੁਲੰਕਾਣਾ ਕਮੇਟੀ ਦੇ ਨਾਲ ਵਿਦਿਆਰਥੀਆਂ ਦਾ ਨਤੀਜਾ ਤਿਆਰ ਕੀਤਾ ਜਾਵੇਗਾ ਤੇ ਸੀਬੀਐਸਸੀ ਬੋਰਡ ਵੱਲੋਂ 10ਵੀਂ ਜਮਾਤ ਦੇ ਬੱਚਿਆਂ ਅੰਦਰੂਨੀ ਮੁਲੰਕਣ ਨੀਤੀ ਰਾਹੀਂ ਹੀ ਵਿਦਿਆਰਥੀਆਂ ਨੂੰ ਵੱਖ-ਵੱਖ ਹੋਈਆਂ ਅੰਦਰੂਨੀ ਪ੍ਰੀਖਿਆਵਾਂ ਦੇ ਵਿੱਚ 80 ਅੰਕ ਲੈਣੇ ਜ਼ਰੂਰੀ ਕੀਤੇ ਹਨ ਤੇ 20 ਅੰਕ ਫਾਈਨਲ ਸਟੇਜ ਤੇ ਅੰਦਰੂਨੀ ਅੰਕਾਂ ਵਿੱਚ ਦਿੱਤੇ ਜਾਣਗੇ ਤੇ ਇਹਨਾਂ 80 ਅੰਕਾਂ ਵਿੱਚ ਬੱਚਿਆਂ ਨੂੰ ਯੂਨਿਕ ਟੈਸਟ ਦੇ 10 ਅੰਕ ਦਿੱਤੇ ਜਾਣਗੇ ਤੇ ਅਰਧ ਪ੍ਰੀਖਿਆ ਦੇ 30 ਅੰਕ ਅਤੇ ਪ੍ਰੀ ਬੋਰਡ ਪ੍ਰੀਖਿਆਵਾਂ ਵਿੱਚ ਵਧੀਆ ਪ੍ਰਦਰਸ਼ਨ ਦੇ ਆਧਾਰ ਤੇ 40 ਅੰਕ ਦਿੱਤੇ ਜਾਣਗੇ ਅਤੇ ਇਹਦੇ ਅਨੁਸਾਰ ਬੱਚਿਆਂ ਦੇ ਅੰਕ ਕੋਸ਼ਿਤ ਕੀਤੇ ਜਾਣਗੇ ਤੇ ਬੱਚਿਆਂ ਨੇ ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰ ਸਕੂਲਾਂ ਨੂੰ ਆਪ ਤਿਆਰ ਕਰਨਾ ਪਵੇਗਾ ਤੇ CBSE ਸੈਂਪਲ ਪੇਪਰ ਦੇ ਆਧਾਰ ਤੇ ਕਪਾਰਟਮੈਂਟ ਪ੍ਰਸ਼ਨ ਤਿਆਰ ਕੀਤੇ ਜਾਣਗੇ ਤੇ CBSE ਨੂੰ ਕਪਾਰਟਮੈਂਟ ਪ੍ਰੀਖਿਆ ਪ੍ਰਸ਼ਨ ਪੱਤਰ ਦੀ ਕਾਪੀ ਭੇਜਣੀ ਹੋਵੇਗੀ ਤੇ CBSE ਵੱਲੋਂ ਜਾਂਚ ਤੋਂ ਬਾਅਦ ਮਨਜ਼ੂਰੀ ਦਿੱਤੇ ਜਾਣ ਤੇ ਹੀ ਕਪਾਰਟਮੈਂਟ ਪ੍ਰੀਖਿਆ ਹੋਵੇਗੀ ਤੇ ਇਸ ਸੰਬੰਧੀ ਜਾਣਕਾਰੀ CBSE ਬੋਰਡ ਦੀ ਅਧਿਕਾਰਤ ਵੈੱਬਸਾਈਟ ਤੇ ਜਾਰੀ ਕੀਤੀ ਗਈ ਹੈ